ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਤੇ ਮੈਂ ਹਾਂ ਤੁਹਾਡੇ ਨਾਲ ਹਿਮਾਂਸ਼ੀ। ਕੈਨੇਡਾ ਦੇ ਬ੍ਰੈਂਪਟਨ ਸ਼ਹਿਰ ਦੇ ਵਿੱਚ ਡਿਸਕੀ ਰੋਡ ਡਰਾਈਵ ਈਸਟ ਤੋਂ ਲੈ ਕੇ ਵੈਸਟ ਅਪਾਰਟਮੈਂਟ ਸਟਰੀਟ ਤੱਕ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਸ਼ਹੀਦੀ ਨਗਰ ਕੀਰਤਨ ਕੱਢਿਆ ਗਿਆ। ਇਹ ਨਗਰ ਕੀਰਤਨ 1984 'ਚ ਹੋਏ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹਮਲੇ ਅਤੇ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਕੱਢਿਆ ਗਿਆ। ਇਸ ਸ਼ਹੀਦੀ ਨਗਰ ਕੀਰਤਨ ਵਿੱਚ ਸੰਗਤਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਅਤੇ ਥਾਂ ਥਾਂ 'ਤੇ ਸਟਾਲ ਵੀ ਲਗਾਏ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਆ। ਜਿਨ੍ਹਾਂ ਜਿਨ੍ਹਾਂ ਨੇ ਸੇਵਾ ਦੇ ਵਿੱਚ ਹਿੱਸਾ ਦਿੱਤਾ, ਜਿਹੜੀ ਸੰਗਤ ਸਾਡੇ ਇੱਥੇ ਆਈ ਹੈ, ਉਹਨਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਸਾਰਿਆਂ ਦੀਆਂ ਖੁਸ਼ੀਆਂ ਬਖਸ਼ਣ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਇਸੇ ਤਰ੍ਹਾਂ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਪੂਰੇ ਆਪਣੇ ਸਿੱਖ ਸਰਬੱਤ ਦਾ ਭਲਾ ਮੰਗਦੇ ਹਾਂ ਔਰ ਸੰਗਤ ਦੀ ਚੜ੍ਹਦੀ ਕਲਾ ਮੰਗਦੇ ਹਾਂ। ਇਸੇ ਤਰ੍ਹਾਂ ਹਰ ਸਾਲ ਸੰਗਤ ਸਾਨੂੰ ਵਾਹਿਗੁਰੂ ਸਾਡੇ ਕੋਲ ਸੇਵਾ ਲੈਣ ਔਰ ਸੰਗਤ ਸਾਡੇ ਕੋਲ ਵੱਧ ਤੋਂ ਵੱਧ ਪਹੁੰਚੇ। ਅਸੀਂ ਐਕਸਪੀਰੀਅਰ ਫਾਈਨੈਂਸ਼ੀਅਲ ਗਰੁੱਪ ਵੱਲੋਂ ਇਹ ਲੰਗਰ ਲਾਇਆ ਸੀ। ਵਾਹਿਗੁਰੂ ਸਾਨੂੰ ਫਾਈਨੈਂਸ਼ੀਅਲ ਸੇਵਾਵਾਂ ਵੀ ਇਹ ਸੰਗਤ ਲਈ ਅਸੀਂ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਨਗਰ ਕੀਰਤਨ 'ਤੇ ਪਹੁੰਚੇ ਹੋਏ ਹਾਂ, ਜਿਹੜਾ 40 ਸਾਲ ਜੋ ਹੋ ਗਏ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ 'ਤੇ ਜੋ ਅਟੈਕ ਹੋਇਆ ਸੀਗਾ, ਉਹਨਾਂ ਸ਼ਹੀਦਾਂ ਸਿੰਘਾਂ ਦੀ ਯਾਦ ਨੂੰ ਸਮਰਪਿਤ ਇਹ ਨਗਰ ਕੀਰਤਨ ਹੈ। ਅਤੇ ਬਹੁਤ ਸੰਗਤਾਂ ਪਹੁੰਚੀਆਂ ਹੋਈਆਂ ਨੇ, ਥੋੜ੍ਹਾ ਜਿਹਾ ਮੌਸਮ ਵੀ ਖਰਾਬ ਸੀਗਾ, ਬਟ ਸਟਿਲ ਜਿਹੜਾ ਸੰਗਤ ਦਾ ਇਕੱਠ ਹੈ ਕਾਫੀ ਜ਼ਿਆਦਾ ਆ। ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਸਰਤ ਆ ਅਤੇ ਮੈਂ ਹਸਰਤ, ਅਤੇ ਆਪਾਂ ਅੱਜ ਸੇਵਾ ਕਰਨ ਡਏ ਹਾਂ ਅਤੇ ਆਪਾਂ ਤਹਿ ਦਿਲੋਂ ਇਹੀ ਮੰਗਦੇ ਹਾਂ ਕਿ ਵਾਹਿਗੁਰੂ ਜੀ ਸਾਨੂੰ ਅੱਗੇ ਵੀ ਜਾ ਕੇ ਸੇਵਾ ਦਾ ਇੱਦਾਂ ਹੀ ਮੌਕੇ ਦਿੰਦੇ ਰਹਿਣ, ਅਤੇ ਆਪਾਂ ਸੰਗਤ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਹਾਂ ਇੱਥੇ ਆਉਣ ਦੀ। ਅਤੇ ਅੱਜ ਨਗਰ ਕੀਰਤਨ 'ਚ ਸਾਨੂੰ ਆੜ ਕੇ ਬਹੁਤ ਚੰਗਾ ਲੱਗਣ ਡਿਆ ਆ। ਹਾਂਜੀ, ਇਹ ਬਸ ਆਹੀ ਹੈ ਕਿ ਸਾਰੇ ਲੋਕ ਆਉਣ ਅਤੇ ਜ਼ਰੂਰ ਲੰਗਰ ਛੱਕ ਕੇ ਜਾਣ ਅਤੇ ਹਮੇਸ਼ਾ ਇੱਦਾਂ ਹੀ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਕੀ ਫਤਿਹ ਜੀ। ਸਨ ਪੈਕ 'ਤੇ ਜੀ ਨਗਰ ਕੀਰਤਨ ਆ ਰਿਹਾ ਜੀ, ਸਾਰੇ ਜਾਣੇ ਸੇਵਾ ਕਰੋ ਵੱਧ ਤੋਂ ਵੱਧ ਜਿੰਨੀ ਕਰ ਸਕਦੇ ਹਾਂ ਜੀ। ਅਤੇ ਆਪਾਂ ਇੱਧਰ ਸਟਾਲ ਲਾਇਆ ਜੀ ਆਪਣਾ, ਅਤੇ ਜਲੇਬੀਆਂ ਦਾ ਅਤੇ ਸਾਰੇ ਚੀਜ਼ਾਂ, ਚਾਟ ਆ, ਬੜੀਆਂ ਚੀਜ਼ਾਂ ਲਾਈਆਂ, ਪਕੌੜੇ ਆ, ਸਾਰੇ ਸੇਵਾ ਕਰ ਰਿਹਾ, ਸਾਰੀ ਸੰਗਤ ਸੇਵਾ ਕਰ ਰਹੀ ਆ ਜੀ। ਅਤੇ ਸਾਰੇ ਲੋਕਾਂ ਨੂੰ ਇਹੀ ਬੇਨਤੀ ਆ, ਵੱਧ ਤੋਂ ਵੱਧ ਆਓ, ਨਗਰ ਕੀਰਤਨ ਦੀ ਸ਼ਾਨ ਵਧਾਓ ਜੀ। ਅਤੇ ਸਾਰਾ ਸਨ ਪੈਕ 'ਤੇ ਨਗਰ ਕੀਰਤਨ ਵੀ ਪਹੁੰਚਣ ਵਾਲਾ ਆ, ਜਿਹੜੇ ਬੰਦੇ ਨਹੀਂ ਹੁਣ ਤੱਕ ਆਏ ਆ ਉਹ ਜ਼ਰੂਰ ਪਹੁੰਚਣ ਜੀ ਨਗਰ ਕੀਰਤਨ 'ਤੇ, ਅਤੇ ਛਾਨ ਵਧਾਓ ਨਗਰ ਕੀਰਤਨ ਦੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਕਾਫੀ ਟਾਈਮ ਬਾਅਦ ਇੱਥੇ ਨਗਰ ਕੀਰਤਨ ਸਾਹਿਬ ਆਏ ਹਾਂ, ਜਿਹੜਾ ਸਾਡੇ ਘਰ ਦੇ ਨੇੜੇ ਹੈ, ਅਤੇ ਬਹੁਤ ਵਧੀਆ ਲੱਗਿਆ। ਇੱਦਾਂ ਲੱਗਦਾ ਜਿਵੇਂ ਵੀ ਪੰਜਾਬ ਹੀ ਤੁਰਿਆ ਫਿਰਦਾ ਹੋਵੇ। ਸਾਰੇ ਥੋੜ੍ਹੀ ਜਿਹੀ ਪਾਰਕਿੰਗ ਦੀ ਦਿੱਕਤ ਜ਼ਰੂਰ ਆ ਰਹੀ ਹੈ ਲੋਕਾਂ ਨੂੰ, ਪਰ ਇਹਦਾ ਕੋਈ ਮੇਨ ਉਹ ਨਹੀਂ। ਥਾਂ ਥਾਂ ਲੰਗਰ ਲਾਏ ਹੋਏ ਨੇ, ਬਹੁਤ ਸੇਵਾ ਕਰਦੇ ਨੇ ਲੋਕ, ਬਹੁਤ ਜ਼ਿਆਦਾ ਪਿਆਰ, ਬਹੁਤ ਪੰਜਾਬੀ ਭਾਈਚਾਰਾ ਇਕੱਠਾ ਹੈ ਬਸ ਦੇਖਣ ਨੂੰ। ਸੋ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਤੇ ਸਾਨੂੰ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈਗੀ। ਸਾਨੂੰ ਇੱਦਾਂ ਲੱਗ ਰਿਹਾ ਕਿ ਅਸੀਂ ਆਪਣੇ ਅਸਲੀ ਪੰਜਾਬ ਦੇ ਵਿੱਚ ਇੱਥੇ ਹੈਗੇ ਹਾਂ। ਇੱਦਾਂ ਮਹਿਸੂਸ ਹੀ ਨਹੀਂ ਹੋ ਰਿਹਾ ਹੈਗਾ ਕਿ ਅਸੀਂ ਕੈਨੇਡਾ ਦੀ ਧਰਤੀ ਦੇ ਉੱਤੇ ਬੈਠੇ ਹੋਏ ਹਾਂ। ਅਤੇ ਅਸੀਂ ਆਪਣੇ ਬੱਚਿਆਂ ਨੂੰ ਵੀ ਇਹੀ ਸਿੱਖਿਆ ਦਿੰਦੇ ਹਾਂ ਕਿ ਵੀ ਉਹ ਇਸ ਧਰਤੀ ਦੇ ਨਾਲ ਜੁੜੇ ਰਹਿਣ, ਪਰ ਆਪਣੇ ਪਿਛੋਕੜ ਹੈ ਜਿਹੜਾ ਸਾਡਾ, ਉਹਨੂੰ ਨਾ ਛੱਡਣ, ਉਹਨੂੰ ਹਮੇਸ਼ਾ ਨਾਲ ਲੈ ਕੇ ਚੱਲਣ।
ਕੈਨੇਡਾ ਦੇ ਵਿੱਚ ਵੀ ਲੋਕਾਂ ਨੇ ਆਪਣਾ ਪਿਛੋਕੜ ਨਹੀਂ ਛੱਡਿਆ, ਜਿਸ ਦੇ ਚੱਲਦੇ ਉਹਨਾਂ ਵੱਲੋਂ ਸ਼ਹੀਦੀ ਨਗਰ ਕੀਰਤਨ ਦੇ ਜ਼ਰੀਏ ਭਾਈਚਾਰੇ ਦਾ ਸੁਨੇਹਾ ਵੀ ਦਿੱਤਾ ਗਿਆ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।